ਮਾਨਯੋਗ ਡਾਕਟਰ ਸਤਿਕਾਰ ਸਿੰਘ ਗਿੱਲ ਆਈਪੀਐਸ ਕਮਿਸ਼ਨ ਔਰ ਪੁਲਿਸ ਦੀ ਅਧਿਆਤਾ ਦੇ ਡੀਸੀਪੀ ਸਾਹਿਬ ਵਿਕਰਿੰਦਰ ਸਿੰਘ ਪੁਲਿਸ ਦੀ ਰੈਂਕ ਮੈਟਰ ਜਿਹੜੀ ਅਸੀਂ ਸੀਐਸ ਸਾਹਿਬ ਵੱਲੋਂ ਮਾੜੇ ਅੰਕਸਾ ਦੇ ਖਿਲਾਫ ਮੈਂ ਸ਼ੁਰੂ ਕੀਤੀ ਸੀ ਉਹਦੇ ਦੌਰਾਨ ਕੱਲ੍ਹ ਸ਼ਾਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਐਸ ਆਈ ਅਸ਼ਵਨ ਕੁਮਾਰ ਦੀ ਅਗਵਾਈ ਹੇਠ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ। ਨਾਕੇ ਦੇ ਨਾਲ ਇਨਫੋਰਮੇਸ਼ਨ ਮਿਲੀ ਇਹਦੇ ਵਿੱਚ ਹਰਜਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਜੋ ਕਿ ਇਹਨਾਂ ਨੇ ਏ ਟੀ ਐਮ ਨੂੰ ਜਿਹੜਾ ਏ ਟੀ ਐਮ ਲੁੱਟਣੇ ਜੀ ਉਹਦੇ ਦੌਰਾਨ ਜਦੋਂ ਇਹਨਾਂ ਨੇ ਉੱਥੇ ਇਨਫੋਰਮੇਸ਼ਨ 'ਤੇ ਨਾਕਾ ਲਾ ਕੇ ਚਾਰ ਬੰਦੇ ਨੂੰ ਗ੍ਰਿਫਤਾਰ ਕੀਤਾ। ਇਹਨਾਂ 'ਚ ਇੱਕ ਆਦਮੀ ਜਿਹੜਾ ਉਦੋਂ ਮੌਕੇ 'ਤੇ ਫਰਾਰ ਹੋ ਗਿਆ ਜੀ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲ ਵਿੱਚ ਉਹਨਾਂ ਕੋਲ ਗੈਸ ਸਿਲੰਡਰ, ਕਟਰ, ਜਿਹੜੀ ਸਪਰੇਅ ਗੱਡੀ ਦੇ ਵਿੱਚ ਬਰਾਮਦ ਹੋਈ, ਇੱਕ ਵਰਨਾ ਗੱਡੀ ਬਰਾਮਦ ਕੀਤੀ ਹੈ। ਦੌਰਾਨੇ ਪੁੱਛਗਿੱਛ ਇਹਨਾਂ ਨੇ ਦੱਸਿਆ ਵੀ ਜਿਹੜਾ ਹਰਜਿੰਦਰ ਸਿੰਘ ਆ ਇਹਨੇ ਮੋਦੀਖਾਨਾ ਉੱਥੇ ਉਹਦਾ ਭਰਾ ਦੇ ਮੋਦੀਖਾਨੇ ਕੰਮ ਕਰਦਾ ਜੀ। ਇਹਦੇ ਨਾਲ ਇੱਕ ਵਰਿੰਦਰ ਸਿੰਘ ਉੱਥੇ ਬਿਲਡਿੰਗ ਦਾ ਉੱਥੇ ਕੰਮ ਕਰਦਾ ਜੀ। ਉਸੇ ਜਿਹੜੇ ਇਹਨੂੰ ਹਰਿੰਦਰ ਸਿੰਘ ਨੇ ਵਰਿੰਦਰ ਸਿੰਘ ਕਿਹਾ ਤੂੰ ਯੂਟਿਊਬ ਤੋਂ ਵੇਖ ਏ ਟੀ ਐਮ ਦੇ ਕਿੱਥੇ ਕਿਸ ਤਰ੍ਹਾਂ ਇੱਥੇ ਇਹਨੂੰ ਅਪਰੇਟ ਕਰਕੇ ਉਹਨੂੰ ਸਾੜ ਕੇ ਉੱਥੋਂ ਜਿਹੜੀ ਪੈਸੇ ਕੱਢੇ ਜਾਂਦੇ ਜੀ। ਇਹਨੇ ਸਾਰਾ ਯੂਟਿਊਬ 'ਤੇ ਸਾਰਾ ਇਹ ਵਰਕ ਕਰਕੇ ਇਹਨੇ ਸਾਰੀ ਸਲਾਹ ਕਰਕੇ ਇਹਨਾਂ ਨੇ ਏ ਟੀ ਐਮ ਜਿਹੜਾ ਅੱਗੇ ਰਾਤ ਢੰਡਕ ਸੇਲ ਦੇ ਵਿੱਚ ਨੇ ਦੋ ਏ ਟੀ ਐਮ ਇੱਕ ਏ ਟੀ ਐਮ ਲੁੱਟਣਾ ਜੀ। ਇਹਨਾਂ ਦੀ ਜਦੋਂ ਪੁੱਛ ਕੇ ਦੱਸਿਆ ਇਹਨਾਂ ਨੇ ਮਾਡਲ ਸਕਿਉਰਿਟੀ ਇਹ ਵੀ ਇੱਕ ਇਹਨਾਂ ਨੇ ਪਹਿਲਾਂ ਵਰਨਾ ਕਾਰ 'ਤੇ ਦੋ ਤਿੰਨ ਦਿਨ ਤੋਂ ਪਹਿਲਾਂ ਸਾਰੇ ਰੈਕੀ ਕਰਦੀ ਕਿ ਕਿਹੜੇ ਕਿਹੜੇ ਏ ਟੀ ਐਮ ਦੇ ਲਾਗੇ ਕੋਈ ਫੋਰਸ ਹੁੰਦੀ ਆ ਜਾਂ ਉੱਥੇ ਗਾਰਡ ਹੁੰਦਾ ਜਾਂ ਉੱਥੇ ਉਹ ਜਗ੍ਹਾ ਹੁੰਦੀ ਹੈ ਉਹਨਾਂ ਤੁਸੀਂ ਜਿੱਥੇ ਕਿ ਕੋਈ ਉੱਥੇ ਲਾਗੇ ਬਹੁਤਾ ਰਸ਼ ਨਾ ਹੋਏ। ਉਸੇ ਦੌਰਾਨ ਨੇ ਇੱਕ ਦੱਸਿਆ ਕੁੱਕੜਾ ਵਾਲੇ ਏ ਟੀ ਐਮ ਵੇਖਿਆ ਜੀ, ਇੱਕ ਦਬੁਰਡੀ ਵੇਖਿਆ ਜੀ ਦਿੰਦਰ ਰੋਡ ਦੇ ਢੰਡ ਸੇਲ, ਇੱਕ ਵਰਪਾਲ ਏ ਟੀ ਐਮ ਵੇਖਿਆ ਜੀ। ਇਹਨਾਂ ਸ਼ੁਰੂ ਤੋਂ ਕਰਨੀ ਸੀ ਇੱਥੋਂ ਢੰਡ ਸੇਲ ਤੋਂ ਜਿਹੜਾ ਇਹਨੂੰ ਏ ਟੀ ਐਮ ਲੁੱਟਣ ਦੀ ਨਾਕੇ ਦੌਰਾਨ ਗ੍ਰਿਫਤਾਰ ਕਰ ਲਿਆ। ਇਹਨਾਂ ਨੂੰ ਪੇਸ਼ ਕੀਤਾ ਇਹਨਾਂ ਦਾ 6 ਤਰੀਕ ਦਾ ਪੇਸ਼ ਮਾਮਲਾ ਕਰ ਲਿਆ ਜੀ। ਪਹਿਲਾਂ ਬੈਕਗਰਾਉਂਡ ਇਹਨਾਂ ਦਾ ਚੈੱਕ ਕਰ ਲਿਆ ਜੀ ਸਾਰਾ ਵਰਿੰਦਰ ਸਿੰਘ ਭੁੱਲਰਪੁਰ ਥਾਣਾ ਲੋਪੂਗੇ ਉੱਥੋਂ ਦਾ ਰਹਿਣ ਵਾਲਾ ਜੀ। ਗੁਰਸੇਵਕ ਸਿੰਘ ਆ ਇਹ ਪੱਧਰੀ ਪਿੰਡ ਲੋਪੂਗੇ ਉੱਥੋਂ ਦਾ ਰਹਿਣ ਵਾਲਾ ਜੀ। ਨਾਲ ਇਹਦੇ ਗੁਰਜੀਤ ਸਿੰਘ ਆ ਇਹ ਖਾਸੇ ਦਾ ਰਹਿਣ ਵਾਲਾ ਜੀ। ਇਹ ਚੌਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ? ਹੁਣ ਤੱਕ ਇਹਨਾਂ ਦੇ ਖਿਲਾਫ 399 402 473 IPC ਦਾ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਪਾ ਕੇ ਕੋਰਟ 'ਚ ਪੇਸ਼ ਕਰਕੇ 6 ਤਰੀਕ ਦਾ ਪੁਲਿਸ ਮਾਮਲਾ ਲੈ ਲੈਣਗੇ। ਸਰ ਜਿਹੜੀ ਗੱਡੀ ਹੈ ਜੀ, ਗੱਡੀ ਇਹਨਾਂ ਦੀ ਹੈ ਕਿ ਹਰਜਿੰਦਰ ਸਿੰਘ ਦੀ ਗੱਡੀ ਹੈ? ਸਰ ਕੀ ਕਵਰ ਕੀਤਾ ਇਹਨਾਂ ਕੋਲ ਜਿਹੜਾ ਸਮਾਨ?